ਇਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾ ਸੁਲਤਾਨਪੁਰ ਵਿਖੇ ਮਰੋੜ ਹੈ। ਉੱਥੋਂ ਦੇ ਪ੍ਰਬੰਧਾਂ ਬਾਰੇ, ਉੱਥੋਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ, ਸਾਰੇ ਮਿਲ ਕੇ ਬੈਠੀਏ ਤਾਂ ਕਿ ਇੱਕ ਮੰਚ 'ਤੇ, ਇੱਕ ਸਟੇਜ 'ਤੇ ਸਾਰੇ ਰਲ ਮਿਲ ਕੇ ਮਨਾਈਏ। ਸੋ ਉਹਦੇ ਸੰਬੰਧੀ ਮੈਂ 8 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿੱਠੀ ਲਿਖੀ ਸੀ ਕਿ ਤੁਸੀਂ ਆਪਣੇ 2 ਨੁਮਾਇੰਦੇ ਭੇਜੋ ਤਾਂ ਕਿ ਅਸੀਂ ਬੈਠ ਕੇ ਸਾਰੀ ਇਹਦਾ ਪ੍ਰਬੰਧਾਂ ਬਾਰੇ ਸਾਰੀ ਰੂਪ ਰੇਖਾ ਤਿਆਰ ਕਰੀਏ। ਅੱਜ ਉਸ ਤਾਲਮੇਲ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਔਰ ਉਹਦੇ ਮੀਟਿੰਗ ਦੇ ਵਿੱਚ ਸਾਡੇ 2 ਮੈਂਬਰ ਜਿਹੜੇ ਨੇ, ਜਿੱਥੇ ਤੋਤਾ ਸਿੰਘ ਜੀ ਵੀ ਸ਼ਾਮਿਲ ਹੋਏ ਨੇ ਔਰ ਬੀਬੀ ਜਗੀਰ ਕੌਰ ਜੀ ਉਹ ਲਏ ਗਏ ਨੇ, ਸ਼੍ਰੋਮਣੀ ਕਮੇਟੀ ਵੱਲੋਂ ਉਹ ਵੀ ਸ਼ਾਮਿਲ ਹੋਏ ਨੇ, ਸੰਤ ਬਾਬਾ ਹਰੀਆਂ ਬੇਲਾਂ ਵਾਲੇ ਬਸ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਉਹ ਲਏ ਸੀ। ਉਹ ਅੱਜ ਕੱਲ੍ਹ ਉਹਨੇ ਸਿਹਤ ਠੀਕ ਨਹੀਂ, ਬਾਹਰ ਕੋਈ ਸਿਹਤ ਕਰਕੇ ਬਾਹਰ ਗਏ ਹੋਏ ਨੇ, ਉਹਨਾਂ ਨੇ ਆਪਣਾ ਨੁਮਾਇੰਦਾ ਵੀ ਭੇਜਿਆ ਸੀ। ਸੋ ਇਸ ਕਰਕੇ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਵੱਲੋਂ ਕੋਈ ਨੁਮਾਇੰਦਾ ਨਹੀਂ ਭੇਜਿਆ ਗਿਆ, ਇਸੇ ਕਰਕੇ ਅੱਜ ਦੀ ਜਿਹੜੀ ਅਸੀਂ ਇਹ ਮੀਟਿੰਗ ਹੈ ਪੋਸਟਪੋਨ ਕੀਤੀ ਹੈ, ਅਗਲੀ 6 ਸਤੰਬਰ ਨੂੰ ਜਿਹੜੀ ਆ ਇਹ ਇਸੇ ਸਥਾਨ 'ਤੇ ਅਗਲੀ ਮੀਟਿੰਗ ਰੱਖੀ ਗਈ ਹੈ। ਫਿਰ ਅੱਜ ਵੀ ਮੈਂ ਇੱਕ ਚਿੱਠੀ ਲਿਖ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਆਪਣੇ ਨੁਮਾਇੰਦੇ ਤੁਸੀਂ 2 ਜਿਹੜੇ ਨੇ ਉਹ 6 ਤਰੀਕ ਤੋਂ ਪਹਿਲਾਂ ਭੇਜੋ ਤਾਂ ਕਿ ਅਸੀਂ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਹੋਇਆ ਉਹਦੇ 'ਤੇ ਪਾਲਣਾ ਕਰੀਏ। ਜੋ ਵੀ ਉਹਨਾਂ ਨੇ ਸਾਨੂੰ ਹੁਕਮ ਕੀਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ, ਉਹ ਤਾਲਮੇਲ ਕਮੇਟੀ ਬੈਠ ਕੇ ਸਾਰੇ ਪ੍ਰਬੰਧਾਂ ਦੀ ਰੂਪ ਰੇਖਾ ਤਿਆਰ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਸੰਗਤ ਨੂੰ ਦਿੱਤਾ ਜਾਵੇ।